नवी नवी अपडेट्स ले साडा चैनल सब्सक्राइब करो ते अच्छा सुनो घंटी बजाना ना भूलियो ताकि थोड़े फोन दी भी घंटी बजे। ओ जी ते पाजला ओए ओ की होया अद्धी चुट्टी सारी। सब तो पहला बच्चा सी सो इस बच्चे ने मिलता प्योर उस वालों प्यारा है गिफ्ट क्योंकि बच्चे की आवाज ही बहुत सोहनी सी सो बड़ा सोहना गाना सुनाया हाँ प्योर उस वालों प्यारा है गिफ्ट। थैंक यू बेटा थैंक यू थैंक यू थैंक यू थैंक यू। हेलो बेटा सत श्रीकाल सर की नाम है बेटा अंतरा हूँ तुम के अंतरा सुनाओगे सानू सेवन पॉइंट सुनाऊंगी वेरी गुड हाँ जी बेटा ਸਤਕਾਰਯੋਗ ਪ੍ਰਿੰਸੀਪਲ ਸਾਹਿਬ ਮੌਜੂਦਾ ਅਧਿਆਪਕ ਸਾਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਸਤਿ ਸ਼੍ਰੀ ਅਕਾਲ ਅੱਜ ਮੈਂ ਅੰਤਰਾ ਪੰਜਵੀਂ ਡੀ ਜਮਾਤ ਦੀ ਵਿਦਿਆਰਥਣ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸਦਾ ਨਾਂ ਹੈ ਬਾਪੂ ਤੇਰਾ ਪੁੱਤਰ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਛ ਦੱਸਣਾ ਚਾਹੂੰਗੀ ਕਿ ਮਾਂ ਦੀ ਮਹੱਤਤਾ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਮਾਂ ਨੂੰ ਰੱਬ ਦਾ ਦੂਜਾ ਨਾਂ ਵੀ ਦਿੱਤਾ ਹੋਇਆ ਹੈ ਫਿਰ ਕਿਉਂ ਅਸੀਂ ਪਿਓ ਦੀਆਂ ਝਿੜਕਾਂ ਪਿੱਛੇ ਲੁਕਿਆ ਪਿਆਰ ਨਹੀਂ ਦੇਖ ਸਕਦੇ ਮੈਂ ਤੁਹਾਨੂੰ ਜਿਹੜੀ ਕਵਿਤਾ ਸੁਣਾਉਣ ਜਾ ਰਹੀ ਹਾਂ ਕਿਰਪਾ ਕਰਕੇ ਧਿਆਨ ਨਾਲ ਸੁਣਿਓ ਅੱਜ ਵੀ ਬਚਪਨ ਚੇਤੇ ਕਰਕੇ ਵਕਤ ਜਿਹਾ ਰੁਕ ਜਾਂਦਾ ਏ ਅੱਜ ਵੀ ਬਚਪਨ ਚੇਤੇ ਕਰਕੇ ਵਕਤ ਜਿਹਾ ਰੁਕ ਜਾਂਦਾ ਏ ਬਾਪੂ ਤੇਰੀ ਮਿਹਨਤ ਅੱਗੇ ਸਿਰ ਮੇਰਾ ਝੁਕ ਜਾਂਦਾ ਏ ਬਾਪੂ ਤੇਰੀ ਮਿਹਨਤ ਅੱਗੇ ਸਿਰ ਮੇਰਾ ਚੁੱਕ ਜਾਂਦਾ ਏ ਵਕਤ ਬਦਲਿਆ ਦੁਨੀਆ ਬਦਲੀ ਵਕਤ ਬਦਲਿਆ ਦੁਨੀਆ ਬਦਲੀ ਹਰ ਇੱਕ ਰਿਸ਼ਤਾ ਤਾਰ ਤਾਰ ਹੈ ਬਾਪੂ ਤੇਰਾ ਪੁੱਤਰ ਹੈ ਅੱਜ ਵੀ ਤੇਰੀਆਂ ਝਿੜਕਾਂ ਦਾ ਕਰਜ਼ਦਾਰ ਹੈ ਐਟ ਲਾਸਟ ਆਈ ਵਾਂਟ ਟੂ ਸੇ ਦੈਟ ਆਈ ਐਮ ਪ੍ਰਾਊਡ ਟੂ ਬੀ ਅ ਡੀਏਵੀਅਨ ਐਂਡ ਆਈ ਐਮ ਪ੍ਰਾਊਡ ਆਫ ਮਾਈ ਪ੍ਰਿੰਸ ਵਰਦੀ ਪ੍ਰਿੰਸੀਪਲ ਸਰ ਦੈਟ ਹੀ ਇਜ਼ ਦਾ ਮੈਂਬਰ ਆਫ ਗਵਰਨਮੈਂਟ ਪਬਲਿਕ ਇੰਸਟੀਟਿਊਸ਼ਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਥੈਂਕਸ ਐਂਡ ਹੈਵ ਅ ਨਾਈਸ ਡੇ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਆਜੋ ਥੈਂਕ ਯੂ ਬੇਟਾ ਇਹ ਕੀ ਹੋ ਗਿਆ ਇੱਧਰ ਨੂੰ ਭਜਾਲ ਆ ਗਿਆ ਇੰਨਾ ਡਰਦੇ ਹੋ ਲੋਕ ਤਾਂ ਸਾਰੇ ਕਹਿੰਦੇ ਸੀ ਟੀਵੀ ਤੇ ਆਉਣਾ ਤੁਸੀਂ ਟੀਵੀ ਤੇ ਆ ਰਹੇ ਹੋਗੇ ਉਹ ਤੇ ਤੁਹਾਡੇ ਘਰ ਦੇ ਦੇਖ ਰਹੇ ਸਾਰੇ ਬੇਟੇ ਕੀ ਨਾਮ ਹੈ ਸ੍ਰਿਸ਼ਟੀ ਆ ਗਏ ਆ ਜਾਓ ਥੋੜਾ ਸਾ ਕ
ਕਿਹੜੀ ਕਲਾਸ ਪੜ੍ਹਦੇ ਹੋ? 10th ਚ। ਅੱਛਾ, ਤੇ ਪੜ੍ਹਾਈ ਬੜੀ ਔਖੀ ਹੋਣੀ ਅੱਗੇ। ਯੈਸ ਸਰ। ਸਭ ਤੋਂ ਪਿਆਰਾ ਸਬਜੈਕਟ ਤੁਹਾਡਾ ਫੇਵਰਿਟ ਸਬਜੈਕਟ ਕਿਹੜਾ? ਮੈਥ। ਅੱਛਾ, ਕੀ ਬਾਤ ਹੈ, ਕੀ ਬਾਤ ਹੈ। ਸੋ ਵਧੀਆ ਗੱਲ ਹੈ, ਕੀ ਸੁਣਾਓਗੇ? ਕੋਈ ਗਾਣਾ ਗੁਣਾ ਸੁਣਾ ਦਿਓ, ਕੋਈ ਚੁਟਕਲਾ ਸੁਣਾ ਦਿਓ। ਚਲੋ ਮੈਂ ਇੱਕ ਟੰਗ ਟਵਿਸਟਰ ਬੋਲੂੰਗਾ, ਬੋਲ ਦੋਗੇ? ਵੈਰੀ ਗੁੱਡ, ਵੈਰੀ ਗੁੱਡ। ਸੋ ਇਹ ਬੱਚੇ ਇੱਥੋਂ ਦੇ ਬੜੇ ਜ਼ਿਆਦਾ ਕੌਨਫੀਡੈਂਸ ਨਾਲ ਭਰੇ ਹੋਣ। ਥੈਂਕ ਯੂ ਬੇਟਾ, ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੀ ਨਾਮ ਹੈ ਜੀ? ਤੁਹਾਡਾ? ਦੀਪਾਂਸ਼ੀ। ਆਹ ਘਰ ਦੇ ਦੇਖ ਲਓ, ਉੱਧਰ ਦੇਖ ਲਓ ਮਾੜਾ ਕੈਮਰੇ 'ਚ। ਹਾਂਜੀ, ਅੱਛਾ, ਆਹ ਵੀ ਨਾਲੇ ਆ ਗਏ। ਅੱਛਾ, ਇਹ ਤਾਂ ਪਹਿਲਾਂ ਵੀ ਆ ਗਈ ਸੀ ਨਾ। ਅਤੇ ਕੀ ਸੁਣਾਓ ਬੇਟਾ? ਲੱਠੇ ਦੀ ਚਾਦਰ ਉੱਤੇ। ਹਾਂਜੀ, ਆਉਣ ਦੋ। ਓਕੇ ਓਕੇ, ਥੈਂਕ ਯੂ ਬੇਟਾ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਬੇਟਾ। ਕੀ ਨਾਮ ਹੈ? ਕ੍ਰਿਸ਼ਾ। ਕ੍ਰਿਸ਼ਾ, ਬੇਟਾ ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਹੋ? DAV ਪਬਲਿਕ ਸਕੂਲ ਸਮਾਨਾ। ਵੈਰੀ ਗੁੱਡ। ਅੱਛਾ, ਤੇ ਕੀ ਸੁਣਾਓਗੇ? ਮੈਂ ਹਿੰਦੀ ਸੌਂਗ ਸੁਣਾਉਂਗੀ। ਹਿੰਦੀ ਸੌਂਗ? ਅੱਛਾ, ਚਲੋ ਸੁਣਾਓ। ਪੰਜਾਬੀ ਸੁਣਾਉਣਾ ਵੀ, ਕਿਵੇਂ ਸੁਣਾਓਗੇ ਪੰਜਾਬੀ 'ਚ? ਕਿਵੇਂ ਸੁਣਾਓਗੇ ਇਹਨੂੰ ਗਾਣਾ ਸੁਣਾਈ? ਚਲੋ ਦੇਖੋ, ਦੇਖੋ ਆ ਕੇ। ਤੇਰੀ ਗਲੀਆਂ, ਹਾਂ ਤੇਰੀ ਗਲੀਆਂ, ਗਲੀਆਂ ਤੇਰੀ ਗਲੀਆਂ, ਮੈਨੂੰ ਤੜਪਾਵੇ ਨਾ। ਇਹ ਤਾਂ ਹਿੰਦੀ 'ਚ ਆ ਗਿਆ, ਤੜਪਾਵੇ ਹਿੰਦੀ ਆ ਗਿਆ ਤਾਂ। ਮੈਨੂੰ ਤੜਪਾਵੇ। ਹਾਂ, ਓਕੇ ਓਕੇ, ਥੈਂਕ ਯੂ ਬੇਟਾ, ਥੈਂਕ ਯੂ, ਥੈਂਕ ਯੂ, ਜ਼ੋਰ ਨਾਲ ਤਾੜੀ ਦੇ ਚਲੇ। ਹਾਂਜੀ ਹਾਂਜੀ ਹਾਂਜੀ, ਆ ਜਾਓ ਆ ਜਾਓ ਆ ਜਾਓ। ਕੀ ਨਾਮ ਬੇਟਾ? ਕਸ਼ਿਸ਼। ਅੱਛਾ, ਇੱਥੇ ਆ ਜਾਓ। ਓ ਓ ਅੰਨੇ, ਅੱਛਾ ਓ ਕੀ ਬਾਤ
ਕਿਹੜੇ ਕੀ ਕਰਕੇ ਦਿਖਾਓਗੇ ਗਾਲ ਨਹੀਂ ਕੱਢਣੀ ਸਾਨੂੰ ਗਾਲ ਨਹੀਂ ਮੈਂ ਤਾਂ ਗਾਲ ਕੱਢੀ ਨਹੀਂ ਮੈਂ ਕੀ ਕਰਕੇ ਦਿਖਾਓਗੇ ਨਹੀਂ ਗਾਲ ਨਹੀਂ ਕੱਢਣੀ ਪੰਕ ਮੈਂ ਗਾਲ ਨਹੀਂ ਕੱਢੀ ਬੇਟੇ ਕੀ ਕਰਕੇ ਦਿਖਾਓਗੇ ਗਾਣਾ ਗਾਵਾਂਗੇ ਕਿਹੜਾ ਗਾਲ ਨਹੀਂ ਕੱਢਣੀ ਅੱਛਾ ਗਾਣਾ ਤਾਂ ਹੋਣਾ ਪਰ ਤੁਸੀਂ ਮਹਾਂ ਕੀ ਕਰਕੇ ਦਿਖਾਓਗੇ ਨਹੀਂ ਗਾਲ ਨਹੀਂ ਕੱਢਣੀ ਹਾਂਜੀ ਬੇਟਾ ਸੁਣਾ ਦਿਓ ਕੀਤਾ ਸੋ ਕਿਉਂਕਿ ਮਿਊਜ਼ਿਕ ਕਹਿੰਦੇ ਰੂਹ ਦੀ ਖੁਰਾਕ ਹੁੰਦੀ ਹੈ ਸੋ ਐਨਰਜੀ ਬਹੁਤ ਮਿਲਦੀ ਹੈ ਸੋ ਇਸ ਤੋਂ ਬਾਅਦ ਕਿਹੜਾ ਵੀਰਾ ਗਾਣਾ ਸੁਣਾਊਗਾ ਆ ਜਾਓ ਸੋ ਇਹ ਵੀਰਾ ਗਾਣਾ ਸੁਣਾਊਗਾ ਅਤੇ ਆਪਾਂ ਨੇ ਮਿਊਜ਼ਿਕ ਪਲੇ ਕਰਨ ਨਾਲ ਨਾਲ ਠੀਕ ਹੈ ਸੋ ਕਿਹੜਾ ਗਾਣਾ ਸੁਣਾਓਗੇ ਅੱਲਾ ਬਿਸਮਿਲਾ ਤੇਰੀ ਜੁਗਨੀ ਅੱਲਾ ਬਿਸਮਿਲਾ ਤੇਰੀ ਜੁਗਨੀ ਹੋ ਅਜਰਾ ਕਰਾਏ ਤੇ ਕੇਲੇ ਲੈ ਕੇ ਹੀਰਾ ਇਸ਼ਕੇ ਦੀ ਚਾਦਰ ਕਣੀ ਜਾਣ ਲੀਰਾ
ਉਹ ਹੋਟਲ ਦੇ ਬੇੜੇ 'ਚ ਚੂਰੀ ਖਵਾ ਕੇ ਮੱਝਿਆਂ 'ਚ ਰਾਣੀ ਕਿੱਧਰ ਜਾ ਰਹੀ ਹੈ ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋਰ ਦੀਵਾਨੀ ਕਿੱਧਰ ਜਾ ਰਹੀ ਹੈ ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਘੋਗਰੋ ਦੀਵਾਰੀਆਂ ਵੀ ਗਈਆਂ ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਘੋਗਰੋ ਦੀਵਾਰੀਆਂ ਵੀ ਗਈਆਂ ਰੇਸ਼ਮੇ ਦੁਪੱਟੇ ਦੁਨ ਤਾਰੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪੈਵੇ ਲੈ ਦੀਵਾਨੇ ਉਹ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ ਉਹ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਗਰੂ ਜਾਣ ਕੀ ਬਣੂ ਦੁਨੀਆ ਦਾ ਹਾਏ ਅੱਲਾ ਬਿਸਮਿਲਾ ਤੇਰੀ ਜੁਗਨੀ ਸਾਈ ਕੋੜਾ ਵਾਲੇ ਆਵੇ ਜੁਗਨੀ ਅੱਲਾ ਬਿਸਮਿਲਾ ਤੇਰੀ ਜੁਗਨੀ ਸਾਈ ਕੋੜਾ ਵਾਲੇ ਆਵੇ ਜੁਗਨੀ ਹੋ ਥੈਂਕ ਯੂ ਬਹੁਤ ਸੋਹਣਾ ਵੀਰੇ ਨੇ ਗਾਣਾ ਸੁਣਾਇਆ ਸੋ ਇਹਦੇ ਬਹਾਨੇ ਨਾਲ ਮੈਂ ਵੀ ਥੋੜ੍ਹਾ ਇੰਸਟਰੂਮੈਂਟ ਪਲੇ ਕਰ ਲਿਆ ਚਪੜੇ ਇਸ ਵੀਰ ਲਈ ਜ਼ੋਰਦਾਰ ਤਾੜੀਆਂ ਸੋ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਸੋ ਇਸ ਤੋਂ ਬਾਅਦ ਆਪਾਂ ਅੰਦਰ ਜਾ ਕੇ ਬੱਚਿਆਂ ਨੂੰ ਹੋਰ ਗੱਲਾਂ ਬਾਤਾਂ ਕਰ ਸਕਦੇ ਬਾਹਰ ਗਰਮੀ ਬਹੁਤ ਹੋ ਰਹੀ ਹੈ ਸੋ ਚੱਲੀਏ ਆਪਾਂ ਸਾਰੇ ਅੰਦਰ ਆ ਜਾਓ ਫਿਰ ਸੋ ਇਸ ਤੋਂ ਬਾਅਦ ਕਿਹੜੇ ਆਉਣਗੇ ਬੱਚੇ ਬੇਟੇ ਕੀ ਨਾਮ ਹੈ ਮਾਈ ਨੇਮ ਇਜ਼ ਓਮ ਅੱਛਾ ਬੇਟੇ ਕੀ ਕਰੋਗੇ ਤੁਸੀਂ ਢੋਲ ਵਜਾਓਗੇ ਚਲੋ ਆ ਜਾਓ ਇਸ ਤੋਂ ਬਾਅਦ ਕਿਹੜਾ ਬੱਚਾ ਆਊਗਾ ਆਜੋ ਜੀ ਸਰਦਾਰ ਸਾਹਿਬ ਆਜੋ ਵੀਰੇ ਕੀ ਨਾਮ ਹੈ ਹਰਮਨਪ੍ਰੀਤ ਕਿਹੜੀ ਕਲਾਸ 'ਚ ਪੜ੍ਹਦੇ ਹੋ 8th 8th 'ਚ ਅੱਛਾ ਅਤੇ ਵੱਡੇ ਕੀ ਬਣਨਾ ਹੈ ਆਰਮੀ ਆਫਿਸਰ ਵੈਰੀ ਗੁੱਡ ਆਰਮੀ ਆਫਿਸਰ ਅਤੇ ਪਰਿਵਾਰ 'ਚ ਕੌਣ ਕੌਣ ਹੈ ਡੈਡੀ ਨੇ ਮੰਮਾ ਨੇ ਹਾਂਜੀ ਚਾਚਾ ਜੀ ਨੇ ਚਾਚੀ ਭਰਾ ਚਾਚੀ ਦਾ ਭਰਾ ਤੇਰਾ ਅੱਛਾ ਠੀਕ ਹੈ ਹਾਂ ਦਾਦਾ ਜੀ ਬੀਬੀ ਜੀ ਵੈਰੀ ਗੁੱਡ ਚੱਲ ਮੰਨ ਲੈ ਇਹ ਪਰਿਵਾਰ ਕਾਫੀ ਵੱਡਾ ਜਿਹਾ ਪਰਿਵਾਰ ਹੈ ਨਾ ਇਹਨੂੰ ਸਵਾਲ ਪਾਉਣੇ ਇੱਕ ਤੇ ਜੇ ਤਾਂ ਫਸ ਗਿਆ ਇਹ ਤਾਂ ਇਹਨੂੰ ਕੁੱਟਾਂਗੇ ਆਪਾਂ ਫੜ ਕੇ ਠੀਕ ਹੈ ਜਦੋਂ ਤੇਰਾ ਵਿਆਹ ਹੋਊਗਾ ਮੰਨ ਲੈ ਕੱਲ੍ਹ ਨੂੰ ਤੇਰਾ ਵਿਆਹ ਠੀਕ ਹੈ ਮੰਨ ਲੈ ਕੱਲ੍ਹ ਨੂੰ ਤੇਰਾ ਵਿਆਹ ਅਤੇ ਕੁੜੀ ਵਾਲੇ ਨੇ ਇਹ ਕਿਹਾ ਕਿ ਤੂੰ ਸਿਰਫ ਆਪਦੇ ਪਰਿਵਾਰ 'ਚੋਂ 5 ਬੰਦੇ ਲੈ ਕੇ ਆਉਣੇ ਨੇ ਬਰਾਤ 'ਚ ਆਹ ਫੜ ਲੈ ਮਾਈਕ ਹੁਣ ਐਂ ਗਿਣਿਆ ਦੇ ਬਾਈ ਕਿਹੜੇ ਕਿਹੜੇ ਲੈ ਕੇ ਜਾਏਗਾ ਘਰਦਿਆਂ 'ਚੋਂ ਇਕੱਲਾ ਡੈਡੀ ਨੂੰ ਇੱਕ ਮੰਮਾ ਨੂੰ ਦੋ ਬਾਪੂ ਜੀ ਨੂੰ ਬਾਪੂ ਜੀ ਬੀਬੀ ਜੀ ਬੀਬੀ ਜੀ ਚਾਚੀ ਚਾਚਾ ਰਹਿ ਗਿਆ ਦੇਖੋ ਇਹ ਆਪਦੇ ਚਾਚੇ ਨੂੰ ਵੀ ਛੱਡ ਕੇ ਜਾ ਰਿਹਾ ਤੇ ਆਪਦੇ ਭਾਈ ਨੂੰ ਵੀ ਫਸ ਗਿਆ ਦੁਬਾਰਾ ਦੱਸਦੇ 5 ਬੰਦੇ ਕਿਹੜੇ ਕਿਹੜੇ ਹੋਰ ਡੈਡੀ ਜੀ ਮੰਮਾ ਬਾਪੂ ਜੀ ਬੀਬੀ ਜੀ ਚਾਚੂ ਦੇਖ ਲਓ ਜਿਹਦੀ ਚਾਚੀ ਜੀ ਗੌਰ ਫਰਮਾਉਣ ਇਹਦੇ ਘਰੇ ਕੁੱਟ ਲਾਇਆ ਕਰੋ ਜਿਹਨੂੰ ਕੁੱਟਿਆ ਕਰੋ ਫੜ ਕੇ ਤੁਹਾਨੂੰ ਵਿਆਹ 'ਚ ਨਹੀਂ ਲੈ ਕੇ ਜਾ ਰਿਹਾ ਸੋ ਥੈਂਕ ਯੂ ਬੇਟਾ ਥੈਂਕ ਯੂ ਵਿਆਹ ਹੋਵੇ ਚਾਹੇ ਨਾ ਹੋਵੇ ਪਰ ਸਾਨੂੰ ਜ਼ਰੂਰ ਲੈ ਜੀ ਹਾਂਜੀ ਇਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਕਲਾਸ 'ਚ ਪੜ੍ਹਦੇ ਬੇਟੇ ਪਲੱਸ 2 ਕਮਰਸ ਕਮਰਸ ਔਖੀ ਹੁੰਦੀ ਹੈ ਈਜ਼ੀ ਹੁੰਦੀ ਹੈ ਜਿਹੜਾ ਪੜ੍ਹਦਾ ਉਹ ਈਜ਼ੀ ਹੋਊਗੀ ਜਿਹੜਾ ਹੁਣ ਇਹਦੇ ਵਰਗਾ ਪੜ੍ਹਦਾ ਹੀ ਨਹੀਂ ਹੈਗਾ ਜਿਹੜੇ ਵਰਗਾ ਪੜ੍ਹਦੇ ਉਹਨੂੰ ਤਾਂ ਔਖੀ ਲੱਗਣੀ ਹੈ ਕਿਹੜੀ ਕਲਾਸ 'ਚ ਪੜ੍ਹਦਾ ਤੂੰ 8th 'ਚ ਔਖੀ ਹੈ
ਅਜੇ ਵੀ ਈਜ਼ੀ ਲੱਗਦੀ ਹੈ। ਵੈਰੀ ਗੁੱਡ, ਪੜ੍ਹਨ ਵਾਲੇ ਬੱਚੇ ਨੇ ਸਾਰੇ ਇੱਥੇ ਜੀ। ਓਕੇ, ਅਤੇ ਹੁਣ ਕੀ ਸੁਣਾਓਗੇ? ਸੌਂਗ ਸੁਣਾਓਗੇ ਗਰਲਸ ਨਾਲ। ਗਰਲਸ ਆ ਜਾਓ ਸਾਰੇ, ਆ ਜਾਓ। ਕਿਹੜੇ ਕਿਹੜੇ ਗਰਲਸ ਨੇ? ਹਾਂਜੀ, ਗਾਣਾ ਕਿਹੜਾ ਗਾਣਾ ਹਜੇ ਪਤਾ ਹੀ ਨਹੀਂ। ਹਾਂਜੀ, ਕੋਈ ਨਹੀਂ, ਜਿਹੜਾ ਮਰਜ਼ੀ ਸੁਣਾ ਦਿਓ। ਸਰ ਕਿਹੜਾ ਗਾਈਏ ਤੁਸੀਂ ਦੱਸ ਦਿਓ? ਉਹ ਗਾ ਦੋਗੇ? ਪੱਕੀ ਗੱਲ ਹੈ? ਹਾਂ, ਫਿਰ ਉਹੀ ਗੱਲ ਹੈ ਨਾ, ਮੈਂ ਜੇ ਕਹਿੰਦਾ ਜਿਹੜਾ ਮਰਜ਼ੀ ਸੁਣਾ, ਜਿਹੜਾ ਤੁਹਾਨੂੰ ਆਉਂਦਾ ਸੁਣਾ ਦਿਓ। ਹਾਂਜੀ, ਮੈਂ ਕੋਈ ਪਰਖ ਥੋੜ੍ਹਾ ਜਿਹਾ। ਹਾਂਜੀ, ਕਿਹੜਾ ਸੁਣਾ ਦੇ? ਆ ਜਾ, ਓਏ ਹੋਏ, ਆ ਜਾ ਬਾਈ, ਆ ਜਾ, ਕੁਛ ਨਹੀਂ ਹੁੰਦਾ, ਆ ਜਾ ਸੁਣਾ ਦੇ, ਆ ਜਾ ਆ ਜਾ ਆ ਜਾ। ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਸੁਣਾ ਦਿਓ ਸੁਣਾ ਦਿਓ, ਜਿਹੜਾ ਹੁੰਦਾ ਸੁਣਾ ਦਿਓ। ਇੰਨਾ ਟਾਈਮ ਗਾਣੇ ਦੇ ਪਤਾ ਨਹੀਂ ਸਰ ਜੀ, ਉਹ ਕਰੀ ਜਾਂਦੀ ਆ। ਚਲ ਐਂ ਕਰੋ, ਮੈਂ ਦੱਸਦਾ ਬੇਟੇ, ਪੰਜ ਦਾ ਪਹਾੜਾ ਸੁਣਾਓ। ਹੈਂ? ਚਲ ਅੰਗਰੇਜ਼ੀ ਸੁਣਾ ਦਿਓ। 5 1 5 5 2 10 5 3 15 5 4 10 5 10 15। ਵੈਰੀ ਗੁੱਡ, ਚਲੋ ਗਾਣਾ ਨਹੀਂ ਆਉਂਦਾ ਬੱਚੇ ਨੂੰ, ਪਹਾੜਾ ਜ਼ਰੂਰ ਆਉਂਦਾ। ਹਾਂਜੀ, ਆ ਜਾ ਦੀਪਕ, ਆ ਜਾ, ਆ ਗਿਆ ਜੀ ਮੁੰਡਾ, ਦੇਖੋ ਦੀਪਕ, ਆਪਣਾ ਮਾਈਕ ਧਿਆਨ ਨਾਲ ਸੁਣਨਾ, ਠੀਕ ਹੈ? ਹਾਂਜੀ, ਇਹ ਆਉਣ ਦਿਓ। 80 79 77 76 75 74 73 72 73 79 ਮਾਸੀ ਕਹਿੰਦਾ 69 69 69 ਨਹੀਂ, ਪਿੱਛੇ ਬੋਲ ਰਹੇ ਤੇਰੇ। ਹਾਂ, ਆਉਣ ਦੇ। 69 ਹਾਂ, 69 88 ਚਲੋ ਕੋਈ, ਥੈਂਕ ਯੂ ਬੇਟਾ, ਥੈਂਕ ਯੂ। ਹਾਂਜੀ ਵੀਰੇ, ਕੀ ਨਾਮ ਹੈ? ਮੇਰਾ ਨਾਮ ਜੀਵਨ ਹੈ। ਤੁਹਾਡਾ ਨਾਮ ਜੀਵਨ ਹੈ, ਕਿਹੜੀ ਕਲਾਸ 'ਚ ਪੜ੍ਹਦੇ ਹੋ? +1 +1 ਕਮਰਸ 'ਚ। ਵੈਰੀ ਗੁੱਡ, ਅਤੇ ਇਹ ਤੁਹਾਡੀ ਆਪਦੀ ਡਰੈਸ ਹੈ? ਹਾਂਜੀ। ਫਿਰ ਕਿਸਦੀ ਲੈ ਕੇ ਆਏ ਹੋ? ਮੈਂ ਆਪਦੀ। ਵੈਰੀ ਗੁੱਡ, ਅੱਛਾ, ਅਤੇ ਕੀ ਸੁਣਾਓਗੇ? ਅੱਜ ਪੰਜਾਬੀ ਸੌਂਗ ਸੁਣਾਓਗੇ। ਪਹਿਲਾਂ ਕੀ ਸੁਣਾਉਂਦੇ ਹੋ? ਹਾਂਜੀ, ਅੱਜ ਤਾਂ ਪੰਜਾਬੀ ਸੌਂਗ, ਕੱਲ੍ਹ ਕੀ ਸੁਣਿਆ ਸੀ? ਹਿੰਦੀ, ਜਿਹੜਾ ਮਰਜ਼ੀ। ਹਾਂਜੀ ਹਾਂਜੀ, ਅੰਗਰੇਜ਼ੀ ਸੁਣੇਗਾ? ਨਾ ਨਾ, ਲਾਈਕ ਨਹੀਂ। ਹਾਂਜੀ, ਅੰਗਰੇਜ਼ੀ ਲਾਈਕ ਨਹੀਂ, ਕਿਉਂ? ਕਮੈਂਟ ਕਰਦੇ ਫਿਰ, ਪੰਜਾਬ ਹੈ ਫਿਰ ਪੰਜਾਬੀ ਯਾਰ। ਅੰਗਰੇਜ਼ੀ ਲਾਈਕ ਨਹੀਂ ਕਰਦਾ? ਕਮੈਂਟ ਕਰਦੇ ਕਿਵੇਂ? ਟਿਕ ਟਿਕ, ਚਲ ਸ਼ੇਅਰ ਕਰਦੇ ਬਸ, ਠੀਕ ਹੈ ਠੀਕ ਹੈ। ਚਲ ਫਿਟ ਐਂਡ ਫਾਈਨ। ਹੈ? ਫਿਟ ਐਂਡ ਫਾਈਨ। ਹਾਂਜੀ, ਚਲੋ ਚਲੋ ਠੀਕ ਹੈ। ਕਿਹੜਾ ਗਾਣਾ ਸੁਣਾਏਗਾ? ਮੈਂ ਰੀਮਿਕਸ ਸੁਣਾਉਂਗਾ ਜੀ ਪੰਜਾਬੀ। ਹਾਂਜੀ, ਅੱਜ ਕੱਲ੍ਹ ਕੀ ਸੁਣਿਆ ਸੀ? ਕੁਛ ਨਹੀਂ ਪਤਾ, ਚਲ ਆ ਜਾ। ਅਭੀਰ ਦਾ ਕੀ ਨਾਮ ਹੈ? ਮੇਰਾ ਨਾਮ ਨਮਨ ਸ਼ਰਮਾ। ਨਮਨ ਸ਼ਰਮਾ, ਹਾਂਜੀ, ਤਾਂ ਵੀਰੇ ਦਾ ਗਾਣਾ ਸੁਣਦੇ ਆਪਾਂ, ਆਉਣ ਦਿਓ ਜੀ।
ਸਾਰੀ ਗੱਲਾਂ ਬਾਤਾਂ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੂਗਾ, ਪਰ ਮਿਲਦੇ ਹਾਂ ਇੱਕ ਛੋਟੀ ਜੀ। ਸੋ ਇਹ ਗੱਲਾਂ ਬਾਤਾਂ ਕਰ ਲਈ ਸੀ, ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਸਕੂਲ ਦੇ ਵਿੱਚ, ਕਿਉਂਕਿ ਆਪਣੇ ਸ਼ੋਅ ਦਾ ਨਾਮ ਹੈ ਅੱਧੀ ਚੁੱਟੀ ਸਾਰੀ। ਘਰਾਂ ਦੀਆਂ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ, ਆਪਣੇ ਵੀ ਡੌਲਿਆਂ 'ਚ ਜਾਣ ਚਾਹੀਦੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਅਖਿਲੇਸ਼ਵਰ। ਅਖਿਲੇਸ਼ਵਰ, ਆਹ ਬੜੀ ਸੋਹਣੀ ਪਈ ਹੈ ਗੱਲ 'ਚ ਯਾਰ। ਓਹ ਯਾਰ ਦੇ ਦੇ ਮੈਨੂੰ ਇਹ, ਹੈਂ ਲੈ ਲਓ ਕਹਿੰਦਾ। ਕਿਹੜੀ ਕਲਾਸ 'ਚ ਪੜ੍ਹਦੇ ਵੀਰੇ? ਟੈਂਥ। ਟੈਂਥ 'ਚ ਤੇ ਕੀ ਕਰਕੇ ਦਿਖਾਓਗੇ? ਭੰਗੜਾ। ਕਿਹੜੇ ਗਾਣੇ ਦੇ? ਮਾਰਦਾ ਦਮਾਮੇ ਜੱਟ ਮਿਲੇ ਆ ਗਿਆ। ਕੀ ਕਰਦਾ? ਮਾਰਦਾ ਦਮਾਮੇ ਜੱਟ ਮਿਲੇ ਆ ਗਿਆ। ਆ ਜਾ ਉਰੇ, ਆ ਜਾ ਆ ਜਾ। ਕੀ ਹੁੰਦਾ? ਡੰਡ। ਡੰਡ ਬੈਠ ਕਾ, ਚੱਲ ਦੱਸ ਡੰਡ ਬੈਠ ਕਰ ਲਾ। ਆ ਜਾ ਆ ਜਾ, ਫਸ ਗਿਆ ਫਸ ਗਿਆ, ਚੱਲ 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 ਚੱਲ, ਹੋ ਜਾ ਹੋ ਜਾ ਹੋ ਜਾ। ਸਰ ਓਏ ਆ ਨਹੀਂ, ਸੌਖਾ ਕੰਮ ਭਾਲਦਾ ਦੂਜੇ ਨੂੰ ਪੈ ਕੇ। ਮਾਰਦਾ ਦਮਾਮੇ ਜੱਟ ਮਿਲ ਗਿਆ। ਲਾ ਦੋ ਜੀ। ਬਹੁਤ ਸੋਹਣਾ ਡਾਂਸ। ਉਹ ਤੂੰ ਆਇਆ ਕੱਲਾ ਸੀ? ਆਇਆ ਵੀਰੇ ਕੱਲਾ ਸੀ ਤੂੰ, ਤੇ ਲੈ ਖਾਸੇ ਬੰਦੇ ਆ ਯਾਰ ਨਾਲ, ਪਤਾ ਹੀ ਨਹੀਂ ਲੱਗਿਆ ਕਿੱਧਰੋਂ ਆ ਗਏ। ਦਮ ਚੜ ਰਿਹਾ ਨਾ? ਬੜਾ ਦਮ ਚੜ ਰਿਹਾ, ਚੜ੍ਹਨਾ ਹੀ ਹੈ ਦਮ ਤਾਂ। ਥੈਂਕ ਯੂ। ਤੇਰੇ ਕੀ ਨਾਮ ਹੈ? ਦਿਵਿਆ ਜੋਤ। ਅੱਛਾ, ਤੈਨੂੰ ਆਪਾਂ ਸਵਾਲ ਪੁੱਛਦੇ ਹਾਂ ਜੀ। ਚੱਲ ਡੈਡੀ ਦੇ ਪੰਜ ਫਾਇਦੇ ਦੱਸ ਮੈਨੂੰ, ਡੈਡੀ ਦੇ ਕੀ ਕੀ ਫਾਇਦੇ ਹੁੰਦੇ ਨੇ ਪੰਜ? ਹਾਂ, ਡੈਡੀ, ਪਾਪਾ, ਡੈਡੀ, ਬਾਪੂ ਜੀ, ਕੋਈ ਮਰਜ਼ੀ ਪੰਜ ਦੱਸ ਦੇ, ਕਿਹੜੇ ਕਿਹੜੇ ਫਾਇਦੇ ਹੁੰਦੇ ਨੇ? ਪਾਪਾ ਸਾਨੂੰ ਬਾਹਰ ਲੈ ਕੇ ਘੁਮਾਉਂਦੇ ਜਾਂਦੇ ਨੇ। ਮਤਲਬ ਕਿੱਥੇ ਜੇ? ਕਿੱਧਰ ਵੀ। ਉਹੀ ਜਿੱਧਰ ਜੀ ਕਰ ਲਾਇਓ। ਮੈਕਸ ਮਾਲ। ਉਹ ਮੈਕਸ ਮਾਲ, ਹਾਂਜੀ। ਉਸ ਤੋਂ ਬਾਅਦ ਹੋਰ ਫਾਇਦਾ? ਉਸ ਤੋਂ ਬਾਅਦ ਅਸੀਂ ਕੋਈ ਵੀ ਚੀਜ਼ ਡਿਮਾਂਡ ਕਰੀਏ ਉਹ ਪੂਰੀ ਕਰ ਦਿੰਦੇ ਹਾਂ। ਵੈਰੀ ਗੁੱਡ। ਹੋਰ? ਵੈਰੀ ਗੁੱਡ। ਉਹਦੇ ਲਈ ਤਾੜੀਆਂ ਵੀਰੇ। ਹਾਂਜੀ, ਹਾਂ। ਹੋਰ ਦੋ ਰਹਿ ਗਏ। ਹੋਰ ਪੂਰਾ ਘਰ ਦਾ ਖਰਚਾ ਕਰਦੇ ਨੇ ਡੈਡੀ ਤੋਂ? ਖਰਚਾ ਕਰਾਈ ਚਲੋ ਕੰਨੇ ਤੋਂ। ਤੂੰ ਕੀ ਹੈਲਪ ਕਰਦਾ? ਚੱਲ ਵਿੱਚ ਦੱਸ, ਥੋੜ੍ਹੀ ਜਿਹੀ ਹੈਲਪ ਦੱਸ, ਕੀ ਕਰਦਾ ਉਹਨੇ? ਜਦ ਮੇਰੇ ਪਾਪਾ ਉਹ ਮੈਡੀਸਿਨ ਦੇ ਉਹ ਹੈ, ਹੋਲਸੇਲ ਬਿਜ਼ਨਸ ਦੇ ਮੈਂ ਉਹ ਹੈ, ਤਾਂ ਮੈਂ ਉਹਨਾਂ ਦੀ ਕੋਈ ਹੈਲਪ ਕਰ ਸਕਣਾ ਕਿ ਜਦ ਮੈਂ ਉਹਨਾਂ ਦੀ ਸਲਿਪਸ ਹੋ ਗਈਆਂ ਉਹ ਸੈੱਟ ਕਰ ਦੇ। ਵੈਰੀ ਗੁੱਡ। ਇੰਨੇ ਸੰਸਕਾਰੀ ਬੱਚੇ, ਜ਼ੋਰਦਾਰ ਤਾੜੀਆਂ ਦਾ ਬੱਚਿਆਂ ਨੇ। ਥੈਂਕ ਯੂ ਬੇਟੇ, ਥੈਂਕ ਯੂ, ਥੈਂਕ ਯੂ ਬੇਟੇ, ਥੈਂਕ ਯੂ ਬੇਟੇ, ਥੈਂਕ ਯੂ। ਸੋ ਇਸ ਤੋਂ ਬਾਅਦ ਆਪਾਂ ਇੱਧਰੋਂ ਲੈ ਕੇ ਆਉਣੇ ਬੱਚਿਆਂ ਨੂੰ ਬਾਅਦ। ਹਾਂਜੀ ਬੇਟੇ, ਆ ਜਾਓ ਬੇਟੇ। ਕੀ ਨਾਮ ਹੈ? ਪ੍ਰਿਆ। ਤੁਹਾਡਾ ਨਾਮ ਕੀ ਹੈ? ਰਾਹਤ। ਕੀ ਕਰਕੇ ਦਿਖਾਓਗੇ? ਗਿੱਧਾ। ਗਿੱਧਾ,
ਜ਼ੋਰਦਾਰ ਸੋ ਕੁੜੀਆਂ ਦਾ ਕਿੱਤਾ ਬਹੁਤ ਜ਼ਿਆਦਾ ਸੋਹਣਾ ਸੀ ਜੀ, ਬਹੁਤ ਜ਼ਿਆਦਾ ਪਿਆਰਾ ਡਾਂਸ ਕੁੜੀਆਂ ਦਾ ਕਿੱਤਾ, ਬਹੁਤ ਸੋਹਣਾ ਵਧੀਆ ਸੀਗਾ। ਸਕੂਲ ਦੇ ਵਿੱਚ ਬੜਾ ਨਜ਼ਾਰਾ ਆ ਰਿਹਾ ਜੀ, ਪਰ ਫਿਰ ਸਾਨੂੰ ਇੱਕ ਛੋਟੀ ਜਿਹੀ ਬ੍ਰੇਕ ਤਾਂ ਲੈਣੀ ਪੈਣੀ ਆ, ਹੁਣ ਮਿਲਦੇ ਹਾਂ ਛੋਟੀ ਜੀ। ਸੋ ਇਹ ਗੱਲਾਂ ਬਾਤਾਂ ਕਰ ਲਈ ਸੀ, ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਕਿ ਸਕੂਲ ਦੇ ਵਿੱਚ, ਕਿਉਂਕਿ ਆਪਣੇ ਸ਼ੋਅ ਦਾ ਨਾਮ ਹੈ ਅੱਧੀ ਛੁੱਟੀ ਸਾਰੀ। ਹਾਂਜੀ, ਸੋ ਇਸ ਤੋਂ ਬਾਅਦ ਹਾਂਜੀ ਵੀਰੇ ਆ ਜਾਓ। ਕਹੋ ਆਹ ਕੀ ਨਾਮ ਹੈ? ਅਮਨ ਸਿੰਘਲਾ। ਵੈਰੀ ਗੁੱਡ। ਗੰਢ ਕਿਹੜਾ ਇਸਦੀ? ਕੀ ਗੱਲ? ਗਰਮੀ ਲੱਗਦੀ ਸੀ। ਓਹ, ਜਿਹੜੇ ਹਿਸਾਬ ਨਾਲ ਤੇਰੇ ਵਾਲ ਕਟਾਏ ਹੋਏ ਨੇ, ਅੱਜ ਤੋਂ ਮਹੀਨਾ ਪਹਿਲਾਂ ਕਟਾਏ ਸੀ? ਮਹੀਨਾ? ਹਾਂ, 20 ਦਿਨ ਹੋਏ ਨੇ। 20 ਦਿਨ ਹੋਏ? ਚਲ 20 ਦਿਨ ਪਹਿਲਾਂ ਇੰਨੀ ਗਰਮੀ ਨਹੀਂ ਹੈਗੀ ਸੀ ਵੈਸੇ। ਅੱਛਾ, ਤੁਹਾਡੇ ਕਿਹੜੀ ਹੋਣੀ? ਕਿਹੜੇ ਸਾਈਡ ਤੋਂ? ਮੋਗੇ। ਮੋਗੇ ਤੋਂ? ਇਹ ਕਿੱਥੋਂ ਹੈ ਤੂੰ? ਸਮਾਣੇ ਤੋਂ। ਮੋਗਾ ਕਿੱਧਰ? ਸਮਾਣਾ ਕਿੱਧਰ ਆ? ਗਿਆ ਸੀ ਨਾ ਉੱਥੇ, ਗਰਮੀ ਲੱਗੀ ਫਿਰ ਉੱਥੇ ਕਟਾ ਲਿਆ। ਮੋਗੇ ਕਿਹੜੀ ਗਿਆ ਸੀ? ਹੁਣ ਕਿਤੇ ਉੱਧਰ ਸ਼ਿਮਲੇ ਕਿਹੜੀ ਜਾ ਕੇ ਕੋਟ ਪੈਂਟ ਪਾ ਕੇ ਨਾ ਇੱਧਰ ਆ ਜੀ। ਕਿਤੇ ਕਿਤੇ ਠੰਡ ਲੱਗੀ, ਮੈਂ ਤਾਂ ਪੜ ਲਿਆ ਇੱਧਰ, ਬੌਲਾ ਕਹਿਣਗੇ ਤੈਨੂੰ। ਹਾਂਜੀ, ਕੀ ਕਰਕੇ ਦਿਖਾਉਂਗੇ? ਯੋਗਾ ਨਾਲੇ ਕਹਿੰਦੀ ਐਕਟਿੰਗ ਕਰੂੰ। ਹਾਂ ਸਰ, ਐਕਟਿੰਗ। ਕਾਹਦੀ ਐਕਟਿੰਗ ਕਰੇਗਾ? ਲੰਗੜੇ ਦੀ। ਹੈਂ? ਲੰਗੜੇ ਦੀ। ਭੰਗੜੇ ਦੀ? ਲੰਗੜੇ ਦੀ। ਅੱਛਾ, ਲੰਗੜੇ ਦੀ। ਆਹ ਫੜੋ ਮਾਈਕ। ਅੱਛਾ, ਬਾਅਦ ਚ ਲੜਾ ਕਦੋਂ? ਅੱਛਾ, ਬੋਲਦਾ ਨੀ ਨਾਲ ਕੁਛ? ਅੱਛਾ, ਬੁਲਾਏਗਾ, ਚੱਲ ਤੁਰ ਕੇ ਦਿਖਾਏਗਾ ਪਹਿਲਾਂ ਲੰਗੜੇ ਵਾਂਗੂ। ਹੈ ਉੱਥੇ ਤੱਕ ਜਾ ਕੇ ਅੰਬੜਾ ਕਿਹੜਾ ਮਾਰ ਗਿਆ? ਪੁੱਛੜੀ ਬਾਈ ਚੱਲੀ ਆਪ ਉੱਥੇ ਪਿੰਕੀ ਕੋਲੇ ਉਰੇ ਆਓ ਪਹਿਲਾਂ ਤਾਂ ਸਿੱਧੇ, ਹੁਣ ਸਾਫ਼ ਤੁਰ ਕੇ ਆਉਣਾ ਮੈਂ ਭੇਜਦਾ ਪਿੰਕੀ ਕੋਲੇ। ਆਜੋ 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 ਆਜੋ। ਪਿੰਕੀ ਕੌਣ ਹੈ? ਮੋਗੇ ਵਾਲੀ। ਇਹ ਤਾਂ ਹੀ ਮੋਗੇ ਗਿਆ ਸੀ ਪਿੰਕੀ ਨੇ ਕਿਹਾ ਹੋਣਾ ਪਿੰਕੀ ਪਿੰਕੀ ਨੇ ਕਹਿ ਤੈਨੂੰ, ਕਹਿੰਦੇ ਵਾਲ ਕਟਾ ਦੇ, ਮੋਗੇ ਨੇ ਵਾਲ ਕਟਾਇਆ ਆ। ਹੈਂ? ਪਿੰਕੀ ਨੇ ਕਿਹਾ ਸੀ? ਕੀ ਕਹਿੰਦੀ? ਕਹਿੰਦੀ ਵਾਲ ਕਟਾ ਲੈ। ਫਿਰ ਤੈਨੂੰ ਕਿਹਾ ਨੀ? ਫਿਰ ਤੂੰ ਹੀ ਮੋਗੇ ਵਾਲੀ ਪਿੰਕੀ ਕਹੀ ਜਾ। ਅੱਛਾ, ਤੈਨੂੰ ਇਹ ਲੱਗ ਗਿਆ ਸੀ? ਇਹਦੇ ਪਿੱਛੇ ਲੈ ਕੇ ਕੁੱਟਣਾ ਖਾਏ ਕਿਸੇ ਪਾਸੇ ਜਾ ਕੇ। ਅੱਛਾ, ਹੋਰ ਕੀ ਕਰੇਗਾ? ਹੈਂ? ਡੰਡ ਬੈਠ ਕੇ ਆਉਂਦੀ ਨਹੀਂ ਲਾਉਣੀਆਂ? ਕਿੰਨੀਆਂ ਲਾਏਗਾ? ਜਿੰਨੀ ਮਰਜ਼ੀ। 100 ਬਾਈ 100 ਡੰਡ ਬੈਠ ਕੇ ਲਾਉ ਮੁੰਡਾ, ਠੀਕ ਹੈ? ਗਿਣਿਆ ਨੇ 1 2 3 4 ਨਾ ਜੇ ਪਿੰਕੀ ਕੋਲੇ ਨਾ ਜਾਂਦਾ, ਕੁਝ ਖਾ ਪੀ ਲੈਂਦਾ, ਉਹਨਾਂ ਪੈਸਿਆਂ ਦਾ ਡੰਡ ਲੱਗ ਜਾਂਦੇ। ਅੱਜ ਖਾਣਾ ਕੀ? ਬਰਗਰ ਪੀਜ਼ਾ। ਤਾਂ ਇਹਦਾ ਡੰਡ ਲੱਗ ਗਏ। ਓਕੇ ਓਕੇ, ਹੋਰ ਕੁਛ? ਹੋਰ ਕੁਛ ਕਰਨਾ ਹੈਗਾ? ਦੇਖ ਲੈ, ਸਿਰ ਤੇ ਪਰ ਖੜਾ ਹੋ ਜਾਏਗਾ। ਓਕੇ, ਥੈਂਕ ਯੂ ਬੇਟਾ, ਜ਼ੋਰਦਾਰ ਤਾੜੀ ਇਸ ਬੱਚੇ ਲਈ। ਥੈਂਕ ਯੂ, ਵੈਰੀ ਗੁੱਡ। ਇਹ ਬੱਚਾ ਕਹਿੰਦੇ ਬੜਾ ਫਲੈਕਸੀਬਿਲਿਟੀ ਹੈ ਨਾ ਵੀਰੇ। ਕੀ ਕਰਦਾ, ਕੀ ਕਰੇਗਾ ਹੁਣ? ਹੈਡ ਸਟੇਟ ਕਰਦੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅਤੇ ਹੋਰ ਕੁਛ ਆਉਂਦਾ? ਹੋਰ ਐਵੇਂ ਜੀ ਕੁਛ ਸਟੰਟ ਕੋਈ ਆਉਂਦੇ ਨਹੀਂ ਕੁਛ ਉੱਤੇ, ਕੋਈ ਗਾਣਾ, ਕੋਈ ਚੁਟਕਲਾ? ਅੱਛਾ, ਓਕੇ, ਥੈਂਕ ਯੂ ਵੀਰੇ, ਥੈਂਕ ਯੂ। ਆਜੋ ਆਜੋ, ਆਉਣੀ ਨਹੀਂ, ਮੈਂ ਵੀ ਆਉਣੀ ਨਹੀਂ। ਬੇਟੇ ਕੀ ਨਾਮ ਹੈ? ਏਕਨੂਰ। ਏਕਨੂਰ, ਏਕਨੂਰ ਕਿਹੜੀ ਕਲਾਸ 'ਚ ਪੜ੍ਹਦੇ ਹੋ? 8th 8th, ਏਕਨੂਰ 8th ਕਲਾਸ। ਓਕੇ, ਨੰਬਰ ਕਿੰਨੇ ਨੇ? 2 ਹੈ? 2 ਕੀ? 2 ਦੋਨੋਂ ਸਾਈਡ ਨਹੀਂ, ਕਿੰਨੇ ਨੰਬਰ ਐਨਕ ਹੈ? 2 ਨੰਬਰ। ਅੱਛਾ, 2 ਨੰਬਰ, ਤੇ ਕੀ ਕਰਕੇ ਦਿਖਾਓਗੇ? ਜੋ ਡਾਂਸ ਐ ਵਤਨ। ਨਹੀਂ, ਮੇਰੇ ਯੋਗਾ ਕਰਨਾ ਸੀ। ਨਹੀਂ, ਡਾਂਸ। ਯੋਗਾ ਕਰੋ ਪਹਿਲਾਂ, ਨਾ ਯੋਗਾ ਕਰਕੇ ਦਿਖਾਓ, ਮੈਨੂੰ ਨਹੀਂ ਪਤਾ, ਫਿਰ ਡਾਂਸ ਕਰਾਵਾਂਗੇ। ਯੋਗਾ ਕਰੋਗੇ? ਕਰਕੇ ਦਿਖਾਓ ਫਿਰ ਇੱਕ। ਹਾਂ ਹਾਂ, ਬੁਲਾ ਲਓ ਬੁਲਾ ਲਓ, ਆ ਜਾਓ ਫਰੈਂਡਸ, ਸਟਾਰਟ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਆ ਜਾ ਬੇਟੇ, ਜਿਵੇਂ ਇਹਨਾਂ ਨੇ ਕੀਤਾ ਉਵੇਂ ਕਰਕੇ ਦਿਖਾਉਣ ਇੱਕ ਵਾਰੀ। ਬੇਟੇ ਇਹ ਕੁੜੀਆਂ ਨੇ ਕਰਤਾ, ਤੂੰ ਤਾਂ ਮੁੰਡਾ, ਫਿਰ ਵੀ ਹੋਊਗਾ ਬਾਈ, ਹੋਊਗਾ, ਤਾੜੀਆਂ ਲਾਓ ਇਹਦੇ ਵਾਸਤੇ ਜ਼ੋਰਦਾਰ। ਕਰਕੇ ਦੇਖ ਇੱਕ ਵਾਰੀ, ਕਰਕੇ ਦੇਖ ਇੱਕ ਵਾਰੀ, ਕੁਛ ਨਹੀਂ ਹੁੰਦਾ। ਸੋ ਲੋ ਜੀ, ਤਾੜੀਆਂ ਲਾਓ ਇਹਦੇ ਵਾਸਤੇ।
ਉੱਪਰ ਦੇਖ ਜ਼ਰਾ ਕਲਾਸ ਦੇ ਨੇ ਮੁੰਡੇ ਉਹ ਇਹ ਕਹਿੰਦੇ ਕੁੜੀਆਂ ਵਾਂਗੂ ਤੁਰਦਾ ਹੁੰਦਾ ਇਹੀ ਹੈ ਜੀ ਇਹ ਸੁਣਿਆ ਮੈਨੇ ਕਹਿੰਦੇ ਮੁੰਡਾ ਕਹਿੰਦੇ ਐਕਟਿੰਗ ਹੈ ਐਕਟਿੰਗ ਕੋਈ ਕੁਛ ਨਹੀਂ ਐਕਟਿੰਗ ਹੈ ਕਹਿੰਦੇ ਕੁੜੀਆਂ ਵਾਂਗੂ ਤੁਰ ਕੇ ਐਕਟਿੰਗ ਕਰਦਾ ਹੁੰਦਾ ਵੀਰਾ ਸੋ ਇੱਥੋਂ ਲੈ ਕੇ ਉਸ ਤੱਕ ਤੁਰ ਕੇ ਦਿਖਾ ਦੇ ਕੁਛ ਨਹੀਂ ਹੁੰਦਾ ਕੁੜੀਆਂ ਵਾਂਗੂ ਇੱਕ ਵਾਰੀ ਕੈਟਵਾਕ ਹੁੰਦੀ ਕੈਟਵਾਕ ਆ ਜਾ ਇੱਥੋਂ 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 ਹਾਂਜੀ ਉਸ ਤੱਕ ਜਾਣਾ ਉਸ ਤੱਕ ਨਹੀਂ 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 ਉਰਿਆ 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 ਅਤੇ ਕੁੜੀਆਂ ਤਾਂ ਨਹੀਂ ਤੁਰਦੀਆਂ ਮੈਂ ਨਹੀਂ ਤੁਰਦੀਆਂ ਮੈਂ ਕੁੜੀਆਂ ਵਾਂਗੂ ਤੁਰ ਕੇ ਦਿਖਾ ਆ ਜਾ ਤੂੰ ਤੁਰ ਕੇ ਦਿਖਾ ਦੇ ਆ ਜਾ ਲਓ ਜੀ ਜਿਹੜਾ ਇਹਨਾਂ 'ਚੋਂ ਵਧੀਆ ਤੁਰੂਗਾ ਕੁੜੀਆਂ ਵਾਂਗੂ ਉਹਨੂੰ ਪਿਓਰ ਰੂਟਸ ਵੱਲੋਂ ਇੱਕ ਪਿਆਰਾ ਗਿਫਟ ਦੇਵਾਂਗੇ ਠੀਕ ਹੈ ਰੈਡੀ 1 2 3 ਚਲੋ ਬਈ ਆ ਬਾਜੀ ਮਾਰ ਗਏ ਜੀ ਮੁੰਡਾ ਵਿਆਹ ਮੁੰਡੇ ਨਾਲ ਕਰਾਂਗੇ ਕੁੜੀ ਨਾਲ ਕੁੜੀ ਨਾਲ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਚਲੋ ਜੀ ਬੱਚਿਆਂ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਹੁਣ ਸਾਡੀ ਵਾਰੀ ਹੁੰਦੀ ਟੀਚਰਸ ਨਾਲ ਗੱਲਬਾਤ ਕਰਨ ਦੀ ਸਕੂਲ ਬਾਰੇ ਦੱਸਣਗੇ ਸਾਨੂੰ ਗੱਲਾਂ ਬਾਤਾਂ ਕਰਨਗੇ ਮਸਤੀਆਂ ਕਰਨ ਥੋੜੀਆਂ ਬਹੁਤ ਮੈਮ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਨਮਸਕਾਰ ਜੀ ਮੈਮ ਸਕੂਲ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ ਜੀ ਯੈਸ ਸਰ ਡੀਏਵੀ ਇਜ਼ ਅ ਵੈਰੀ ਨੋਨ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਇਨ ਦਾ ਏਰੀਆ ਆਫ ਸਮਾਨਾ ਜੀ ਹੇਅਰ ਵੀ ਆਰ ਫੋਕਸਿੰਗ ਔਨ ਦ ਕੁਆਲਿਟੀ ਐਜੂਕੇਸ਼ਨ ਵਿਚ ਸ਼ੁੱਡ ਬੀ ਟ੍ਰਾਂਸਫਰ ਟੂ ਦ ਚਿਲਡਰਨ ਆਫ ਸਮਾਨਾ ਸਪੈਸੀਫਿਕਲੀ ਓਕੇ ਸੋ ਐਜ਼ ਯੂ ਨੋ ਨਾਓ ਡੇਜ਼ ਵੀ ਆਰ ਮੂਵਿੰਗ ਟੂਵਰਡਸ ਦ ਮਾਡਰਨ ਵਰਲਡ ਐਂਡ ਸਮਵੇਅਰ ਵੀ ਆਰ ਫੋਰਗੇਟਿੰਗ ਆਰ ਵੈਦਿਕ ਹਿਸਟਰੀ ਸੋ ਡੀ ਏ ਵੀ ਹੇਅਰ ਵੀ ਆਰ ਇੰਕਲਕੇਟਿੰਗ ਮਾਡਰਨ ਵੈਲਿਊਜ਼ ਲਾਈਕ ਟੈਕਨੋਲੋਜੀ ਅਲੋਂਗ ਵਿਦ ਦ ਵੈਦਿਕ ਐਥਿਕਸ ਥੈਂਕ ਯੂ ਥੈਂਕ ਯੂ ਥੈਂਕ ਯੂ ਆਸੇ ਪਾਸੇ ਹੈ ਹਰਿਆਲੀ ਵਿੱਚ ਡੀ ਏ ਵੀ ਸੋਹਣਾ ਫਬਦਾ ਰੰਗ ਬਿਰੰਗੇ ਫੁੱਲਾਂ ਵਾਲਾ ਹਰ ਇੱਕ ਗਮਲਾ ਸੋਹਣਾ ਲੱਗਦਾ ਨਹੀਂ ਰੀਸਾਂ ਇਸ ਦੇ ਸਟਾਫ ਦੀਆਂ ਹਰ ਇੱਕ ਵੱਧ ਕੇ ਮਿਹਨਤ ਕਰਦਾ ਵਿਦਿਆ ਨੂੰ ਇਹ ਦਾਨ ਸਮਝਦੇ ਕਿੰਨਾ ਬੱਚਾ ਫ੍ਰੀ ਹੈ ਪੜਦਾ ਰੰਗ ਬਿਰੰਗੇ ਫੁੱਲਾਂ ਵਾਲਾ ਹਰ ਇੱਕ ਗਮਲਾ ਸੋਹਣਾ ਲੱਗਦਾ ਥੈਂਕ ਯੂ ਮੈਮ ਥੈਂਕ ਯੂ ਥੈਂਕ ਯੂ ਥੈਂਕ ਯੂ ਟੀਚਰਸ ਵੀ ਬੱਚਿਆਂ ਵਾਂਗੂ ਬੜੀ ਭੈਣ ਗੱਲਾਂ ਕਰਨ ਨਾਲ ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ ਓ ਮਾਗਵੀ ਜਰਨ ਕਰੜੀਆਂ ਮਾਵਾ ਸਾਨੂੰ ਦਿੰਦੀ ਨਿੱਘ ਤੇ ਠਰਦੀ ਅਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਅਮੀ ਵਿਹੜੇ ਵਿੱਚ ਬੈਠੀ ਦਾ ਜੀ ਜਿਆ ਡੋਲੇ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਬਹੁਤ ਸੋਹਣੀ ਆਵਾਜ਼ ਸਰ ਜੀ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸੋ ਸਾਡੇ ਨਾਲ ਹੁਣ ਬੈਠਣੇ ਪ੍ਰਿੰਸੀਪਲ ਇਸ ਸਕੂਲ ਦੇ ਸੋ ਸਾਡੇ ਨਾਲ ਗੱਲਬਾਤ ਕਰਨਗੇ ਸਕੂਲ ਬਾਰੇ ਸਾਨੂੰ ਥੋੜ੍ਹਾ ਜਿਹਾ ਹੋਰ ਦੱਸਣਗੇ ਹਾਂਜੀ ਸਰ ਯੈਸ ਇਟਸ ਮਾਈ ਪ੍ਰਿਵਿਲੇਜ ਜੀ ਫਸਟ ਆਫ ਆਲ ਆਈ ਐਮ ਥੈਂਕਫੁਲ ਟੂ MH One Channel ki puri team. Ji. Today you are visiting in our DAV institution. Ji. And you did the coverage of our school students. Ji. And teachers and activities. Ji. So specially thanks to MH1. So we are going to enjoy karenge aap apne title song se. So sare teachers ready ho ji? Yes. Nachoge? Yes. Rang ta nahi? No. Chalo theek hai. Haan ji play kar de gana ji. ਕਿਸੇ ਨੀ ਪਾਉਣਾ ਨਾ ਕਰਨੀ ਹੁਸ਼ਿਆਰੀ ਬੱਚਿਓ
ਮੌਕਾ ਲੱਗ ਰਿਹਾ ਸੀ ਕੱਲ ਅਗਲੇ ਹਫਤੇ ਫਿਰ ਕਿਸੇ ਸਕੂਲ ਦੇ ਵਿੱਚ ਮਿਲਾਂਗੇ ਜੇਕਰ ਤੁਸੀਂ ਚਾਹੁੰਦੇ ਸੀ ਤੁਹਾਡੇ ਸਕੂਲ ਦੇ ਵਿੱਚ ਆਈਏ ਗੱਲਾਂ ਬਾਤਾਂ ਕਰੀਏ ਐਵੇਂ ਮਸਤੀਆਂ ਕਰੀਏ ਸਾਨੂੰ ਮੈਸੇਜ ਕਰੋ ਅਸੀਂ ਤੁਹਾਡੇ ਸਕੂਲ ਵਿੱਚ ਜ਼ਰੂਰ ਆਵਾਂਗੇ ਸੋ ਸਾਡਾ ਪ੍ਰੋਗਰਾਮ ਦੇਖਣਾ ਨਾ ਭੁੱਲਿਓ ਹਰ ਸ਼ੁੱਕਰਵਾਰ ਨੂੰ 8 ਵਜੇ ਅਤੇ ਐਤਵਾਰ ਨੂੰ ਰਿਪੀਟ 11 ਵਜੇ ਸੋ ਇੰਜੋਏ ਤੁਸੀਂ ਪੂਰਾ ਦੇਖ ਸਕਦੇ ਹੋ ਅੱਧੀ ਛੁੱਟੀ ਸਾਰੀ ਉਹ ਦੇਖੋ